ਅਸ ਸ਼ੇਰ ਨੂੰ ਵਾਰਦਾ ਜਵਾਬ ਦੇਣਾ ਹੁੰਦਾ ਹੈ ਕਿ ਤੂੰ ਸੋ ਫਿਕਰ ਨਾ ਕਰ ਜਗੀਰਦਾਰ ਦੀ ਪੀੜੀ ਮੰਗਣੀ ਤੇ ਸਾਰੀਆਂ ਕਸਰਾਂ ਕਰ ਦਿਆ ਅਸਲਾਮੁਅਲੈਕਮ ਜੀ ਵੇਖੋ ਪੰਜਾਬ ਚੈਨਲ ਤੇ ਜੀ ਆਨ ਸੋਣੀਓ ਜਿਉਂਦੇ ਵਾਸਤੇ ਰੋ ਮੈਂ ਸਜਾਦ ਜੱਟ ਅਦਾਕਾਰ ਇਕਬਾਲ ਹਸਨ ਦੇ ਬਾਰੇ ਜਿਹੜੀਆਂ ਕਿ ਇੱਕ ਨੈਗੇਟਿਵਿਟੀ ਫੈਲਾਈ ਜਾ ਰਹੀ ਹੈ ਜਾਣ ਬੁਝ ਕੇ ਫੈਲਾਈ ਗਈ ਤੇ ਫੈਲਾਈ ਜਾ ਰਹੀ ਹੈ ਉਹ ਚੀਜ਼ ਨੂੰ ਜਿਹੜੇ ਦਿਲਾਂ ਤੇ ਜੰਮੇ ਦਾਗ ਨੇ ਉਹ ਮੈਲ ਉਹਨੂੰ ਧੋਣ ਵਾਸਤੇ ਅੱਲਾ ਦੇ ਫਜ਼ਲਾਂ ਜੱਟ ਤੁਹਾਡੇ ਸਾਹਮਣੇ ਹਾਜ਼ਰ ਹੈ ਅਸੀਂ ਇਸ ਫਨਕਾਰ ਬਰਾਦਰੀ ਨਾਲ ਖੁਦ ਕਿਉਂਕਿ ਹਿੱਸਾ ਰਹਿ ਚੁੱਕੇ ਹਾਂ ਇਸ ਵਾਸਤੇ ਅਸੀਂ ਇਹਨਾਂ ਦੇ ਬਾਰੇ ਮਾਲੂਮਾਤ ਤੇ ਖਜ਼ਾਨਾ ਇਕੱਠਾ ਕਰਦੇ ਰਹਿੰਦੇ ਹਾਂ ਲੋਕਾਂ ਤੋਂ ਜਾਣਦੇ ਰਹਿੰਦੇ ਹਾਂ ਸੁਣਦੇ ਰਹਿੰਦੇ ਆਂ ਇਧਰੋਂ ਸੁਣੀ ਉਧਰੋਂ ਸੁਣੀ ਇੰਟਰਨੈਟ ਤੇ ਬੈਠ ਕੇ YouTube ਤੇ ਬੈਠ ਕੇ ਅਸੀਂ ਉਹਦੇ ਤੇ ਵੀਡੀਓ ਨਹੀਂ ਕਰਦੇ ਬਕਾਇਦਾ ਅਸੀਂ ਤਹਿਕੀਕ ਵੀ ਕਰਨੇ ਆ ਠੀਕ ਹੈ ਨਾ ਜੀ ਅੱਜ ਤਹਿਕੀਕੀ ਵੀਡੀਓ ਤੁਹਾਡੇ ਤੱਕ ਲੈ ਆਏ ਕਿ ਜਿਹੜੇ ਲੋਕੀ ਆਂਦੇ ਨੇ ਅਦਾਕਾਰ ਇਕਬਾਲ हसन ਜਿਹੜੇ ਨੇ ਨਾ ਉਹ ਉਹ ਇੱਕ ਛੜਦੇ ਰਹਿੰਦੇ ਸੀ ਫਨਕਾਰਾਂ ਤੋਂ ਜੈਲਸ ਹੁੰਦੇ ਸਨ ਉਹ ਜੀ ਚੰਗਾ ਨਹੀਂ ਸੀ ਸਮਝਦੇ ਕੰਮ ਪਤਾ ਨਹੀਂ ਉਹ ਕਿਸ ਤਰ੍ਹਾਂ ਕਰਦੇ ਸਨ ਉਹ ਅਦਾਕਾਰ ਕਰਦੇ ਸਨ ਲੇਕਿਨ ਅੱਜ ਤੁਹਾਨੂੰ ਅੰਦਰ ਦੀ ਮੈਂ ਗੱਲ ਦੱਸ ਰਾਂ ਕਿ ਅਗਰ ਉਹ ਫਨਕਾਰਾਂ ਤੋਂ ਛੜਦਾ ਰਹਿੰਦਾ ਸੀ ਉਹ ਵੱਡਾ ਫਨਕਾਰ ਨਹੀਂ ਸੀ ਤੇ ਕੀ ਵਜ੍ਹਾ ਫਿਰ ਕਿ ਉਹ ਐਡੇ ਡੇ ਨਿੱਕੇ ਨਿੱਕੇ ਨਵੇਂ ਫਨਕਾਰਾਂ ਦੇ ਨਾਲ ਉਹਨੇ ਛੋਟੇ ਛੋਟੇ ਰੋਲ ਕਿਉਂ ਕੀਤੇ ਚੈਨਲ ਤੇ ਆਇਓ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਕਮੈਂਟ ਬਾਕਸ ਵਿੱਚ ਆਪਣੀ رائے ਇਕਬਾਲ हसन ਸਾਹਿਬ ਦੇ ਬਾਰੇ ਜ਼ਰੂਰ ਤੁਸੀਂ ਦਿਓ ਕਿ ਵਾਕਈ ਤੁਸੀਂ ਉਹਨਾਂ ਦੇ ਮੰਨਣ ਵਾਲੇ ਉਹ ਹਸਦਕਾਰ ਦੇ ਸਨ ਜਾਂ ਇੱਕ ਇੱਕ ਬੜਾ ਉਹ ਲੈਜੈਂਡ ਫਨਕਾਰ ਹੋਇਆ ਦੋਨ ਲੱਗਦੀ ਰੋਟੀ ਐ ਸਪੋਰਟਲੇ ਚ ਬੰਦੀ ਸ਼ਾਵਾਸ਼ੇ ਮੇਰੀ ਹੈ ਭੈਣੇ ਲੈ ਚੰਗਾ ਮਾਂ ਉਹਨੇ ਮੇਰੇ ਲਈ ਕੱਲ ਦੀ ਚੂੜੀਆਂ ਖਰੀਆਂ ਵੀ ਬਾਪ ਓਏ ਮਰਨ ਜੋਗੀ ਐ ਸਭ ਕੁਝ ਤੇਰੇ ਲਈ ਤੇ ਲਿਆਣਾ ਅਦਾਕਾਰ ਇਕਬਾਲ हसन ਇੱਕ ਵਰਸਟਾਈਲ ਫਨਕਾਰ ਆਖਿਆ ਜਾਂਦਾ ਹੈ ਤੇ ਉਹਨਾਂ ਦੇ ਨਾਂ ਦੇ ਨਾਲ ਲੱਗ ਗਿਆ ਲਫ਼ਜ਼ ਆਲ ਰਾਊਂਡਰ 올라운ਡਰ ਕਾਤੋਂ ਵਾਲਾ ਕਿ ਤੁਹਾਨੂੰ ਪਤਾ ਹੈ ਕਿ ਜਿਸ ਵੇਲੇ ਬੰਦੇ ਦੀ ਗੁੱਡੀ ਉੱਡੀ ਹੋਏ ਨਾ ਐਸੇ ਹੀਰੋ ਉਹ ਛਾਇਆ ਹੋਏ ਉਸ ਕੜੀ ਉਹ ਕਦੀ ਵੀ ਦੁਨੀਆ ਦਾ ਕੋਈ ਵੀ ਹੀਰੋ ਹੋਏ ਹੀਰੋਨ ਹੋਏ ਉਹ ਕਦੀ ਵੀ ਛੋਟੇ ਰੋਲ ਨਹੀਂ ਕਰਦੇ ਉਹ ਅੰਨੇ ਜੀ ਮੇਰੀ ਗੁੱਡੀ ਬਹਿ ਜਾਏਗੀ ਮੇਰਾ ਕੈਰੀਅਰ ਤਬਾਹ ਹੋ ਜਾਏਗਾ ਮੈਂ ਇਹ ਕੰਮ ਨਹੀਂ ਕਰਨਾ ਮੇਰੇ ਤੇ ਛਾਪ ਲੱਗ ਜਾਏਗੀ ਕਿ ਜੇ ਮੈਂ ਹੀਰੋ ਤੋਂ ਬਾਅਦ ਪਿਓ ਦਾ ਰੋਲ ਕਰ ਲਿਆ ਫਿਰ ਭਰਾ ਦਾ ਰੋਲ ਕਰ ਦਿਆ ਪੁਲਿਸ ਵਾਲੇ ਦਾ ਰੋਲ ਕਰ ਲਿਆ ਨਹੀਂ ਜੀ ਨਹੀਂ ਵਿਲਨ ਦਾ ਰੋਲ ਕਰ ਲਿਆ ਕਰੈਕਟਰ ਐਕਟਰ ਕਰ ਲਿਆ ਨਹੀਂ ਮੈਂ ਤਾਂ ਹੀਰੋ ਹੀ ਕਰਨਾ ਹੁੰਦਾ ਹੈ ਕਿ ਨਹੀਂ ਹੁੰਦਾ ਇਸੇ ਲੇਕਿਨ ਇਕਬਾਲ ਹਸਨ ਨੂੰ ਆਲ ਰਾਊਂਡਰ ਇਸੇ ਵਾਸਤੇ ਆਖਿਆ ਜਾਂਦਾ ਤੁਸੀਂ ਉਹਦੀਆਂ ਫਿਲਮਾਂ ਪੁੱਟ ਕੇ ਵੇਖੋ ਤੁਹਾਨੂੰ ਪਤਾ ਲੱਗੇ ਕਿ ਉਹਨਾਂ ਨੇ ਆਪਣੇ ਆਪ ਦੇ ਛਾਪ ਨਹੀਂ ਲੱਗਣ ਦਿੱਤੀ ਉਹਨਾਂ ਨੇ ਐਕਸਟਰਾ ਕੀਤੇ ਫਾਈਟਰ ਕੀਤੇ ਕਰੈਕਟਰ ਐਕਟਰ ਕੀਤੇ ਉਹਨਾਂ ਪਿਓ ਦਾ ਰੋਲ ਕੀਤਾ ਪੁੱਤਰ ਦਾ ਰੋਲ ਕੀਤਾ ਪੁਲਿਸ ਵਾਲੇ ਦਾ ਰੋਲ ਕੀਤਾ ਵਿਲਨ ਦੇ ਰੋਲ ਕੀਤੇ ਸਪੋਰਟਿੰਗ ਵਿਲਨ ਦੇ ਰੋਲ ਕੀਤੇ ਹਰ ਤਰੀਕੇ ਦਾ ਉਸ ਬੰਦੇ ਨੇ ਰੋਲ ਕੀਤਾ ਤੇ ਚੈਲੰਜ ਸਮਝ ਕੇ ਉਸ ਬੰਦੇ ਨੇ ਕੀਤਾ ਤੇ ਸਾਬਤ ਕੀਤਾ ਕਿ ਉਹ ਵੀ ਬਹੁਤ ਵੱਡਾ ਸਟਾਰ ਹੈ ਉਸ ਤੋਂ ਬਾਅਦ ਵੀ ਪਾਕਿਸਤਾਨ ਫਿਲਮ ਇੰਡਸਟਰੀ ਲਾਲੀਵੋਡ ਦੀ ਕਹਾਣੀ ਪੂਰੀ ਨਹੀਂ ਹੁੰਦੀ ਹੁਣ ਤੁਹਾਨੂੰ ਦੱਸ ਰਿਹਾ ਕਿ ਅਗਰ ਉਹ ਛੋਟੇ ਫਨਕਾਰਾਂ ਨੂੰ ਉਹ ਚੰਗਾ ਨਹੀਂ ਸਮਝਦਾ ਮਾਰਦਾ ਸੀ ਉਹਨਾਂ ਨੂੰ ਜਿਹੜੇ ਲੋਕੀ ਆਂਦੇ ਉਹ ਤੇ ਚਪੇੜਾ ਮਾਰ ਦਿੰਦਾ ਹੁੰਦਾ ਸੀ ਨਿੱਕੇ ਫਨਕਾਰਾਂ ਨੂੰ ਸੁਣ ਲੋ ਕਿ ਚਪੇੜਾ ਮਾਰਦਾ ਸੀ ਜਾਂ ਸੀਨੇ ਨਾਲ ਲਾਂਦਾ ਹੁੰਦਾ ਸੀ ਐਨੂੰ ਸਾਰੇ ਅੱਪੇ ਵਰਗਾ ਲੱਗਾ ਜਦੋਂ ਉਹਦੇ ਸਾਹਮਣੇ ਜਾ ਕੇ ਖਲੋਤਾ ਉਹ ਨਵਾਂ ਦੇ ਆਪਣੇ ਵਰਗਾ ਲੱਗਦਾ ਸੁਣਿਓ ਟੀਵੀ ਤੇ ਇੱਕ ਬਹੁਤ ਵੱਡਾ ਇੱਕ ਅਦਾਕਾਰ ਮਸ਼ਹੂਰ ਹੋਇਆ ਜੀ ਔਰੰਗਜ਼ੇਬ ਲੇਕਿਨ ਉਸ ਤੋਂ ਪਹਿਲੇ ਉਹ ਬਤੌਰ ਹੀਰੋ ਜਦੋਂ ਉਹਨਾਂ ਦੀ ਪਹਿਲੀ ਫਿਲਮ ਸੀ 1975 ਦੀ ਜਿਹਦੀਆਂ ਡਾਇਰੈਕਟਰ ਤੇ ਪ੍ਰੋਡਿਊਸਰ ਸਨ ਮਲਕਾ ਜਜ਼ਬਾਤ ਸਲਮਾ ਮੁਮਤਾਜ਼ ਸਾਹਿਬਾ ਬੇਉਲਾਦ ਉਹਦਾ ਨਾਮ ਸੀ ਉਹਦੇ ਵਿੱਚ ਹੀਰੋ ਸਨ ਔਰੰਗਜ਼ੇਬ ਸਾਹਿਬ ਨਵਾਂ ਮੁੰਡਾ ਆਇਆ ਵੇਖੋ ਤੁਸੀਂ ਲੇਕਿਨ ਉਹਦੇ ਨਾਲ ਵਕਤ ਦਾ ਉਸ ਵੇਲੇ ਦਾ ਸੁਪਰਸਟਾਰ ਇਕਬਾਲ ਹਸਨ ਛੋਟੇ ਜਿੰਨੇ ਰੋਲ ਵਿਲਨ ਵਿੱਚ ਆਇਆ ਜੀ ਅਗਰ ਉਹ ਉਹਦੇ ਦਿਲ ਵਿੱਚ ਨਵੇਂ ਫਨਕਾਰਾਂ ਵਾਸਤੇ ਜਿਹੜੀ ਨਾ ਉਹ ਮਾਰਕੋਟ ਤੇ ਉਹ ਹਸਾ ਤੇ ਲੜਾਈਆਂ ਝਗੜੇ ਹੁੰਦੇ ਜਾਂ ਚੰਗਾ ਨਾ ਜਾਣਦਾ ਹੁੰਦਾ ਉਹਦਾ ਦਿਮਾਗ ਖਰਾਬ ਸੀ ਕਿ ਉਹਦੋਂ ਹੀਰੋ ਹੁੰਦਾ ਸੀ ਪਿਆ ਉਹ ਵੈਸੀ ਜੱਟ ਵਿੱਚ ਵਹਿੰਦੇ ਨਹੀਂ ਸੁਲਤਾਨਾ ਸਾਹਿਬ ਦੇ ਨਾਲ ਸੈਕੰਡ ਜੋੜੀ ਵਿੱਚ ਗਜ਼ਾਲਾ ਦੇ ਨਾਲ ਹੀਰੋ ਸੀ ਉਹਨੂੰ ਕੀ ਲੋੜ ਛੋਟੇ ਰੋਲ ਵਿਲਨ ਵਿੱਚ ਆਉਣ ਦੀ ਲੇਕਿਨ ਕੀ ਇਹ ਕਿ ਜਿਹੜੇ ਨਵੇਂ ਲੋਕ ਆਉਂਦੇ ਸੀ ਨਾ ਨਵੇਂ ਚਿਹਰਾਂ ਨੂੰ ਇਹ ਬੰਦਾ ਵਾਅਦ ਸੀ ਕਿ ਜਿਹੜਾ ਉਹਨਾਂ ਨੂੰ ਸਪੋਰਟ ਕਰਦਾ ਹੁੰਦਾ ਸੀ ਇਹ ਯਾਰ ਮੈਂ ਤੁਹਾਡੇ ਨਾਲ ਆਵਾਂਗਾ ਯਾਰ ਫਿਕਰ ਨਾ ਕਰੋ ਤੁਸੀਂ ਸਮਝ ਆਈ ਜੇ ਅੱਖ ਦੀ ਚਮਕ ਹੱਥ ਵਿੱਚ ਬੰਦੂਕ ਵੇਖ ਕੇ ਸ਼ੱਕ ਹੋਇਆ ਸੀ ਧੋਈ ਮੇਰੇ ਪਰਮਾ ਦਾ ਕਾਤਲ ਹੈ ਫਿਰ ਗੁੱਲੂ ਭਾਈ ਯਾਨੀ ਗੁਲਾਮ ਅਯੋਦੀਨ ਦੇ ਨਾਲ ਉਸ ਵੇਲੇ ਉਹਨਾਂ ਨੇ ਉਹਨਾਂ ਦੇ ਥੱਲੇ ਰਹਿ ਕੇ ਹਾਲਾਂਕਿ ਉਹਦੇ ਤੋਂ ਕਿਤੇ ਵੱਡਾ ਫਨਕਾਰ ਇਕਬਾਲ ਹਸਨ ਲੇਕਿਨ ਗੁੱਲੂ ਭਾਈ ਤੋਂ ਵੀ ਥੱਲੇ ਰਹਿ ਕੇ ਆਜੀ ਬਾਲਾ ਉਰਾਂ ਨੇ ਥੱਲੇ ਰਹਿ ਕੇ ਛੋਟੇ ਰੋਲ ਕੀਤੇ ਕਿਹੜੀਆਂ ਫਿਲਮਾਂ ਵਿੱਚ ਚੰਨ ਪੁੱਤਰ ਮੁਕੱਦਰ ਆਖਰੀ ਮੁਕੱਦਮਾ ਜਾਨੀ ਦੁਸ਼ਮਨ ਇਹਨਾਂ ਫਿਲਮਾਂ ਵਿੱਚ ਉਸ ਬੰਦੇ ਨੇ ਗੁਲਾਮ ਮਯੂਦੀਨ ਦੇ ਥੱਲੇ ਛੋਟੇ ਰੋਲਾਂ ਵਿੱਚ ਕੰਮ ਕਰਕੇ ਸਾਬਤ ਕੀਤਾ ਕਿ ਇਹਨਾਂ ਲੋਕਾਂ ਦਾ ਪਿਆਰ ਕਰਨ ਵਾਲਾ ਬੰਦਾ ਹੈ ਤੇ 올-ਰਾਊਂਡਰ ਵਰਸਟਾਈਲ ਫਨਕਾਰ ਹੈ ਸਮਝ ਆਈ ਜੇ ਸੋਨਿਓ ਫਿਰ ਅੱਗੇ ਤੀਜੇ ਨੰਬਰ ਤੇ ਅਲੀ ਇਜਾਦ ਤੁਹਾਨੂੰ ਪਤਾ ਹੈ ਉਹ ਵੀ ਛੋਟੇ ਛੋਟੇ ਮਜ਼ਾਈਆ ਰੋਲਾਂ ਵਿੱਚ ਕੰਮ ਕਰਦਾ ਰਿਹਾ ਉਸ ਵੇਲੇ ਕਿ ਜਦੋਂ ਹਾਜੀ ਇਕਬਾਲ ਅਸਾਂ ਜਿਹੜੇ ਨੇ ਵਕਤ ਦੇ ਸੁਪਰਸਟਾਰ ਸਨ ਲੇਕਿਨ ਫੇਰ ਵੀ 79 ਵਿੱਚ ਜਦੋਂ ਇਕਬਾਲ ਹਸਨ ਤੇ ਵੀ ਰੂਜ ਦਾ ਜ਼ਮਾਨਾ ਸੀ ਇਕਬਾਲ ਹਸਨ ਨੇ ਉਸ ਬੰਦੇ ਦੇ ਨਾਲ ਛੋਟੇ ਰੋਲ ਵੀ ਕੀਤੇ ਸਿਰਫ ਕੀ ਸੀ ਕਿ ਜਦੋਂ ਬੰਦਾ ਹੀਰੋ ਬਣਿਆ ਨਾ ਤਾਂ ਉਹਦੇ ਨਾਲ ਕੋਈ ਹੀਰੋ ਨਾ ਉਹਨੂੰ ਤਿਆਰ ਨਹੀਂ ਸੀ ਅਦਾ ਵੱਡੇ ਅਦਾਕਾਰ ਇਸ ਬੰਦੇ ਨਾਲ ਕੰਮ ਕਰਨ ਨੂੰ ਤਿਆਰ ਨਹੀਂ ਸੀ ਜਿੱਥੇ ਮਮਤਾਜ਼ ਨੇ ਕੰਮ ਕਰਨ ਦੀ ਹਾਮੀ ਭਰੀ ਨਾ ਉਹਦੇ ਨਾਲ ਇਕਬਾਲ ਹਸਨ ਨੇ ਵੀ ਆਖਿਆ ਯਾਰ ਅਸੀਂ ਤੇਰੇ ਨਾਲ ਖਲੋਨੇ ਆ ਤੇਰੇ ਨਾਲ ਕੰਮ ਕਰਾਂਗੇ ਅੱਲਾ ਤੈਨੂੰ ਸੁਪਰਸਟਾਰ ਬਣਾਏ ਤੇ ਨਾ ਬਨੇ ਫਿਰ ਵਾਕਈ ਬਨਾਇ ਇਹਨਾਂ ਵੱਡੇ ਲੋਕਾਂ ਨੇ ਇਹਨਾਂ ਛੋਟੇ ਲੋਕਾਂ ਨੂੰ ਅੱਗੇ ਚੋਕਿਆਂ ਦਾ ਆਪਣੇ ਪੁੱਤਰਾ ਵਾਂਗ ਤੇ ਤੁਸੀਂ ਗੱਲਾਂ ਕਰਦੇ ਹੋ ਯਾਰ ਕਿ ਉਹ ਛੋਟੇ ਫਨਕਾਰਾਂ ਨੂੰ ਫਨ ਦਾ ਬੰਦਾ ਹੀ ਨਹੀਂ ਸੀ ਸਮਝਦੇ ਮਾਰਦੇ ਕੁੱਟਦੇ ਕੋਈ ਡਰੋ ਯਾਰ ਕਿਉਂ ਤਾਰੀਖ ਵਿੱਚ ਝੂਠ ਬੋਲੀ ਜਾਂਦੇ ਜਿਸ ਤਰ੍ਹਾਂ ਦੁਬਈ ਚਲੋ 79 ਵਿੱਚ ਉਹਨਾਂ ਨੇ ਕੰਮ ਕੀਤਾ ਫਿਰ ਠੱਗ ਬਾਦਸ਼ਾ ਫਿਰ ਕੁੱਲੀ ਯਾਨੀ ਕਿ ਅਲੀ ਜਾਜ਼ ਦੇ ਨਾਲ ਛੋਟੇ ਰੋਲਾ ਜੋ ਉਸ ਬੰਦੇ ਨੇ ਕੰਮ ਕਰਕੇ ਤੋਂ ਉੱਤੇ ਜਾਂਦਾ ਸਮਝ ਆਈ ਜੀ ਸੋਨਿਓ ਇਹ ਅਸੀਂ ਅਸਲੇ ਪਿਆਰ ਕਰਨ ਵਾਲਾ ਬੰਦਾ ਸੀ ਚੌਥੇ ਨੰਬਰ ਤੇ ਸੋਨਿਓ ਜਦੋਂ ਵਿਲਨ ਮੁਸਤਾਕ ਰੇਸ਼ੀ ਨੂੰ ਵੀ ਹੀਰੋ ਬਣੰਦਾ ਜਿਹੜਾ ਨਸ਼ਾਉਕ ਚੜਿਆ ਲਿਹਾਜ਼ਾ ਉਹਨਾਂ ਨੇ ਦੁਸ਼ਮਣੀ ਦੇ ਨਾਂ ਤੋਂ ਫਿਲਮ ਸ਼ੁਰੂ ਕੀਤੀ ਹੈ ਉਹਦੇ ਵਿੱਚ ਉਹ ਹੀਰੋ ਆਏ ਤੇ ਵਿਲਨ ਪਤਾ ਕੋਈ ਨਹੀਂ ਸੀ ਨਾ ਲਾ ਰਿਹਾ ਤੇ ਵਿਲਨ ਕੌਣ ਆਇਆ ਫਿਰ ਅਜੀ ਇਕਬਾਲ हसन ਵਿਲਨ ਨੇ ਕਿਹਾ ਮੈਂ ਕਰਾਂਗਾ ਹੋ ਸਕਦਾ ਹੈ ਕਿ ਤੂੰ ਭਾਈ ਹੀਰੋ ਛਾ ਜਾਵੇਂ ਲਿਆਦਾ ਵਿਲਨ ਮੈਂ ਕਰ ਲੈਣਾ ਅੱਗੇ ਤੂੰ ਕਰਨਾ ਅੱਜ ਅਸੀਂ ਤੇਰਾ ਕਰ ਲੈਨੇ ਆਂ ਇਹ ਫਿਲਮ ਖੈਰ ਅੱਗੇ ਜਾ ਕੇ ਲੀਡ ਫਿਰ ਲੱਗੀ 1990 ਦੇ ਲਾਗੇ ਕਿਤੇ ਮਕਸਦ ਦੱਸਣ ਦਾ ਵੇ ਕਿ ਇਸ ਬੰਦੇ ਨੇ ਨਾ ਨਹੀਂ ਕੀਤੀ ਕੋਈ ਵੀ ਬੰਦਾ ਤੁਰ ਗਿਆ ਨਾ ਛੋਟੇ ਰੋਲ ਵਾਸਤੇ ਕਿਸ ਤਰ੍ਹਾਂ ਦੇ ਰੋਲ ਵਾਸਤੇ ਇਸ ਬੰਦੇ ਨੇ ਆਖਿਆ ਮੈਂ ਕਰਾਂਗਾ ਅਰੂਜ ਜਿਹੜਾ ਜਦੋਂ ਹੀਰੋ ਹੁੰਦਾ ਸੀ ਉਦੋਂ ਵੀ ਸੁਲਤਾਨ ਰਾਏ ਸਾਹਿਬ ਦੇ ਪਿਓ ਦੇ ਰੋਲ ਵੀ ਇਸ ਬੰਦੇ ਨੇ ਕੀਤੇ ਪੁੱਤਰ ਦੇ ਰੋਲ ਵੀ ਕਰ ਦਿੱਤੇ ਛੋਟੇ ਮੋਟੇ ਰੋਲ ਵੀ ਇਸ ਬੰਦੇ ਨੇ ਕੀਤੇ 2-2 4-4 ਸੀਨ ਦੇ ਵੀ ਅਰੂਝ ਦੇ ਵੇਲੇ ਵੀ ਦੁਨੀਆ ਦਾ ਕੋਈ ਐਸਾ ਹੀਰੋ ਦੱਸੋ ਜਿਹੜਾ ਅਰੂਝ ਦੇ ਵੇਲੇ ਹੀਰੋ ਤਲਾਵਾ ਛੋਟੇ ਛੋਟੇ ਨਿੱਕੇ ਨਿੱਕੇ ਰੋਲ ਵੀ ਕਰਦਾ ਹੋਵੇ 2-4 ਸੀਨ ਦੇ ਵੀ ਮੈਨੂੰ ਨਹੀਂ ਲੱਗਦਾ ਕੋਈ ਐਸਾ ਹੋਵੇ ਇਸ ਲਈ ਸੋਨਿਓ ਹਾਜੀ ਇਕਬਾਲ ਖੰਦ ਦੇ ਬਾਰੇ ਅਸਨਾ ਦੀਆਂ ਨੈਗੇਟਿਵਿਟੀ ਜਿਹੜੀ ਹੈ ਨਾ ਉਹ ਫੈਲਾਉਣਾ ਛੱਡ ਦਿਓ ਰੱਬ ਤੁਹਾਡੀ ਖੈਰ ਕਰੇ ਉਹ ਜੂਨੀਅਰ ਫਨਕਾਰਾਂ ਨਾਲ ਟੈਕਨੀਸ਼ੀਅਨਜ਼ ਨਾਲੋ ਪਿਆਰ ਕਰਨ ਵਾਲਾ ਬੰਦਾ ਸੀ ਹਾਂ ਮਾੜੀ ਗੱਲ ਭੈੜੀ ਚੀਜ਼ ਜਿਹੜੀ ਉਹ ਬਰਦਾਸ਼ਤ ਨਹੀਂ ਸੀ ਕਰ ਤੀਉ ਦੇਵਿੰਦਰ ਖੂਬੀ ਲਾ ਲੋ ਖਾਮੀ ਲਾ ਲੋ ਹੈ ਬਾਕੀ ਨਾ ਇਸਰਾਂ ਦੀਆਂ ਗੱਲਾਂ ਕਰਿਆ ਕਰੋ ਕਿਉਂ ਆਪਣੇ ਵੱਡੇ ਫਨਕਾਰ ਨੂੰ ਤੁਸੀਂ ਖੁਦ ਇੰਡਸਟਰੀ ਦੇ ਲੋਕ ਹੀ ਤੁਸੀਂ ਜ਼ਲੀਲ ਕਰਦੇ ਬੇਇੱਜ਼ਤ ਕਰਦੇ ਕੀ ਮਿਲਦਾ ਤੁਹਾਨੂੰ ਅਗਰ ਤੁਹਾਨੂੰ ਕੋਈ ਹੋਰ ਕੋਈ ਅਦਾਕਾਰ ਪਸੰਦ ਹੈ ਨਾ ਤੇਦਾ ਮਤਲਬ ਇਹ ਨਹੀਂ ਕਿ ਤੁਸੀਂ ਦੂਜਿਆਂ ਨੂੰ ਜਿਹੜਾ ਬੇਇੱਜ਼ਤ ਕਰਨ ਬੈਜੋ ਇਹਦਾ ਮਤਲਬ ਤੁਸੀਂ ਫਨ ਨਾਲ ਫਨਕਾਰ ਨਾਲ ਇੰਡਸਟਰੀ ਨਾਲ ਪਿਆਰ ਕਰਨ ਵਾਲੇ ਬੰਦੇ ਨਹੀਂ ਫਰਾਡੀ ਹੋ ਤੁਸੀਂ ਧੋਖੇਬਾਜ਼ ਤੁਹਾਡੇ ਅੰਦਰ ਜਿਹੜਾ ਨਾ ਉਹ ਪਤਾ ਨਹੀਂ ਕੀ ਹਸਦ ਖੁੱਦ ਭਰੀ ਹੈ ਮੈਂ ਮੈਨੂੰ ذاتی ਤੌਰ ਤੇ ਅਕਮਲ ਸਾਹਿਬ ਬਹੁਤ ਪਸੰਦ ਹਾਂ। ਅਲਾਉਦੀਨ ਸਾਹਿਬ ਪਸੰਦ। ਫਿਰ ਮੈਨੂੰ ਵਿਰਲਾ ਵਿੱਚੋਂ ਸਭ ਤੋਂ ਬਹੁਤ ਮਜ਼ਰ ਸ਼ਾ ਪਸੰਦ ਹੈ। ਫਿਰ ਮੈਨੂੰ ਲਾਲਾ ਸੁਧੀਰ ਬਹੁਤ ਪਸੰਦ ਹੈ। ਫਿਰ ਰਾਈ ਸਾਹਿਬ ਮੈਨੂੰ ਇੰਤਖਾਦ ਇਹ ਪਸੰਦ। ਇਕਬਾਲ हसन ਵੀ ਪਸੰਦ। ਉਰਦੂ ਫਿਲਮਾਂ ਵਾਲੇ ਵੀ। ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਮੈਨੂੰ ਰਾਈ ਪਸੰਦ ਹੈ ਤੇ ਮੈਂ ਬਾਕੀਆਂ ਨੂੰ ਜਨਾਬਲੀ ਉਹਨਾਂ ਦੇ ਖਿਲਾਫ ਵੀਡੀਓ ਬਣਾ ਲਵਾਂ ਉਹਨਾਂ ਦੀ ਹੁੰਦਾ ਹੀ ਕੱਖ ਨਹੀਂ ਸੀ। ਉਹਦੇ ਇਸ ਤਰ੍ਹਾਂ ਸੰ ਇਸ ਤਰ੍ਹਾਂ ਨਹੀਂ। ਇਹ ਜ਼ਿਆਤੀ ਹੋਏਗੀ ਉਹਨਾਂ ਲੋਕਾਂ ਨੂੰ। ਇਸ ਵਾਸਤੇ ਤੁਸੀਂ ਵੀ ਕੁਝ ਖਿਆਲ ਕਰਿਆ ਕਰੋ ਨਾ ਇਸ ਤਰ੍ਹਾਂ ਦੀਆਂ ਚੀਜ਼ਾਂ ਫੈਲਾਇਆ ਕਰੋ ਜੇ ਕੋਈ ਚੰਗੀ ਚੀਜ਼ ਹੈ ਜੇ ਤੇ ਫਲਾਓ ਨਹੀਂ ਹੈ ਤੇ ਚੁੱਪ ਕਰਕੇ ਨਾ ਤੇ ਮੇਰਾ ਪੁੱਤਰ ਕਿਤੇ ਕੋ ਕੰਮ ਸ਼ਾਮ ਕਰੋ ਜਾ ਕੇ ਹੈਂ ਅੱਲਾ ਤੁਹਾਡੀ ਖਿਆਰ ਰੱਖੇ